हां जी दोस्तों एक बार फिर तो ਤੁਹਾਡਾ ਬਿਜਲੀ ਬੋਰਡ ਦੀ ਇੱਕ ਨਵੀਂ ਵੀਡੀਓ ਦੇ ਵਿੱਚ ਬਹੁਤ-ਬਹੁਤ ਸਵਾਗਤ ਹੈ। ਦੋਸਤੋ ਜਿਵੇਂ ਕਿ ਤੁਸੀਂ ਸਭ ਜਾਣਦੇ ਹੋਵੋਗੇ ਕਿ ਕੱਲ ਇੱਕ ਬਹੁਤ ਹੀ ਵੱਡੀ ਖੁਸ਼ਖਬਰੀ ਜੋ ਕਿ ਪੀਐਸ ਪੀਸੀਐਲ ਦੇ ਮਲਾਜ਼ਮਾਂ ਨੂੰ ਮਿਲ ਚੁੱਕੀ ਹੈ ਜਿਹੜੇ ਕਿ ਸਾਥੀ ਤੁਹਾਨੂੰ ਦੱਸਦੀ ਕਿ 295/19 ਦੇ ਸੰਨ ਓ ਸਾਥੀਆਂ ਨੂੰ ਇੱਥੇ ਬਹੁਤ ਵੱਡੀ ਇੱਕ ਖੁਸ਼ਖਬਰੀ ਮਿਲੀ ਹੈ ਜਿਸ ਦੇ ਵਾਸਤੇ ਮੈਂ ਇੱਕ ਤੁਹਾਨੂੰ ਪੇਜ ਵੀ ਜਿਹੜਾ ਕਿ YouTube ਵੀਡੀਓ ਦੇ ਵਿੱਚ ਅਪਲੋਡ ਕੀਤਾ ਸੀਗਾ ਸਾਥੀਆਂ ਦੇ ਵੱਲੋਂ ਕਮੈਂਟ ਆ ਰਹੇ ਸੀ ਕਿ ਇਹ ਕਿਸ ਵਾਸਤੇ ਹੋਇਆ ਹੈ ਕਿਉਂਕਿ ਇਹ ਸਿਗਾ ਕਿਉਂ ਇਹਨਾਂ ਦੇ ਹੱਕ ਵਿੱਚ ਹੋਇਆ ਹੈ ਸਾਨੂੰ ਦੱਸੋ ਤਾਂ ਤੁਹਾਨੂੰ ਦੱਸਦੀ ਕਿ ਦੋਸਤੋ ਇਨਾਂ ਨੇ ਜਦੋਂ ਪੋਸਟ ਆਈ ਸੀ ਆਪਣਾ ਐਕਸਪੀਰੀਅੰਸ ਜੋ ਕਿ ਸ਼ੋਅ ਕੀਤਾ ਸੀ ਲਗਾਇਆ ਸੀ ਪੋਸਟ ਦੇ ਨਾਲ ਤਾਂ ਜਦੋਂ ਦੋਸਤੋ ਇਹਨਾਂ ਦੀ ਵੈਰੀਫਿਕੇਸ਼ਨ ਹੋਈ ਸੀ ਤਾਂ ਇਹਨਾਂ ਦਾ ਜਿਹੜਾ ਐਕਸਪੀਰੀਅੰਸ ਸੀਗਾ ਉਹ ਸਵੀਕਾਰ ਨਹੀਂ ਕੀਤਾ ਗਿਆ ਸੀਗਾ ਜਿਸ ਤੇ ਦੌਰਾਨ ਇਹਨਾਂ ਸਾਥੀਆਂ ਵੱਲੋਂ ਕੇਸ ਲਗਾਇਆ ਗਿਆ ਸੀਗਾ ਦੋਸਤੋ ਇਹ ਪੋਸਟ ਤੁਸੀਂ ਦੇਖੋ 2019 ਦੇ ਵਿੱਚ ਸੀਗੀ ਪੋਸਟ ਦੋਸਤੋ ਹੁਣ ਇਹਨਾਂ ਨੂੰ ਇਸ ਦਾ ਹੱਕ ਮਿਲਿਆ ਹੈ ਤੇ ਇਹਨਾਂ ਦੇ ਹੱਕ ਦੇ ਵਿੱਚ ਇਹਨਾਂ ਦਾ ਕੇਸ ਹੋ ਚੁੱਕਿਆ ਹੈ ਤੇ ਇਹਨਾਂ ਦਾ ਜਿਹੜਾ ਐਕਸਪੀਰੀਅੰਸ ਉਹ ਜਿਨ੍ਹਾਂ ਨੇ ਸ਼ੋਅ ਕੀਤਾ ਸੀਗਾ ਉਹ ਹੁਣ ਸਾਥੀ ਇਹਨਾਂ ਨੇ ਬੁਲਾ ਲਏ ਹਨ ਯਾਨੀ ਕਿ ਉਹਨਾਂ ਦੇ ਹੱਕ ਵਿੱਚ ਕੇਸ ਕਰ ਦਿੱਤਾ ਗਿਆ ਹੈ ਤੇ ਉਹਨਾਂ ਲਈ ਇਹ ਵਧੀਆ ਹੁਣ ਕੰਮ ਹੋ ਚੁੱਕਿਆ ਹੈ ਇਸ ਤੋਂ ਬਾਅਦ ਜੋ ਵੀ ਇਹਨਾਂ ਦਾ ਪੇ ਸਕਿੱਲ ਸੀਗਾ ਬਣਦਾ ਉਹ ਇਹਨਾਂ ਨੂੰ ਮਿਲ ਜਾਵੇਗਾ ਜੋ ਵੀ ਇਹਨਾਂ ਦਾ ਪੇ ਰਹਿੰਦੀ ਹੈ ਉਹ ਇਹਨਾਂ ਨੂੰ ਇਕੱਠਾ ਪੈਸਾ ਮਿਲ ਜਾਏਗਾ ਤਾਂ ਇਹਨਾਂ ਸਾਥੀਆਂ ਨੇ ਜੋ ਅਰਸ਼ ਕੀਤਾ ਹੈ ਇਹਨਾਂ ਨੂੰ ਫਲ ਮਿਲ ਚੁੱਕਿਆ ਹੈ ਬਹੁਤ ਹੀ ਵਧੀਆ ਗੱਲ ਹੈ ਇਹ ਖੁਸ਼ੀ ਦੀ ਗੱਲ ਹੈ ਤਾਂ ਇਸ ਵੀਡੀਓ ਨੂੰ ਸਭ ਦੇ ਨਾਲ ਜ਼ਰੂਰ ਸ਼ੇਅਰ ਕਰਨਾ ਤੁਹਾਨੂੰ ਹੁਣ ਪਤਾ ਲੱਗ ਗਿਆ ਹੋਵੇਗਾ ਕਿ ਇਹਨਾਂ ਨੇ ਕੇਸ ਕਿਉਂ ਲਗਾਇਆ ਸੀਗਾ ਤਾਂ ਕਿਸ ਦੇ ਕਾਰਨ ਇਹਨਾਂ ਨੂੰ ਇੱਥੇ ਅਸਫਲ ਕੀਤਾ ਗਿਆ ਸੀ ਲੇਕਿਨ ਹੁਣ ਇਹਨਾਂ ਨੂੰ ਸਫਲ ਕਰ ਦਿੱਤਾ ਗਿਆ ਹੈ ਤਾਂ ਅਗਲੀ ਵੀਡੀਓ ਦੇ ਵਿੱਚ ਆਪਾਂ ਕੁਝ ਨਵੀਂ ਜਾਣਕਾਰੀ ਲੈ ਕੇ ਹਾਜ਼ਰ ਹੋਵਾਂਗੇ ਅੱਜ ਦੀ ਇਸ ਵੀਡੀਓ ਦੇ ਵਿੱਚ ਇਨਾ ਹੀ ਵੀਡੀਓ ਚੰਗੀ ਲੱਗੇ ਤਾਂ ਇੱਕ ਲਾਈਕ ਜ਼ਰੂਰ ਕਰਕੇ ਜਾਣਾ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕੀਤਾ ਹੈ ਸਬਸਕ੍ਰਾਈਬ ਕਰ ਲਿਓ जय हिंद दोस्तों